साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। सेहत मंत्री चेतन सिंह जोड़ा माजरा अते विधायक कुलवंत सिंह बाजीगर ने पात्रां दे शुतराणा दे हस्पतालां विच जा के सेहत सेवावां दा निरीक्षण कीता अते मरीजां नाल गल्लबात करके फीडबैक हासिल कीती। इस मौके उन्होंने डॉक्टरां अते होर अमले नूं मरीजां नाल मित्रता भरपूर व्यवहार करन ते साफ सफाई रखण समेत होर कई लोड़ींदियां हदायतां दित्तियां। पात्रां तों सतपाल गर्ग दी रिपोर्ट। सर सानू महज चार क महीने होए ने सरकार बनी नूं। चार महीनों के ना असी डॉक्टर बना सकते हैं, ना असी बच्चे जिहड़े नर्सा ने वो असी वो कर सकते हैं। इहदा एक डॉक्टर बनने वास्ते नहीं नहीं 5-7 साल लग जाते हैं। सो साडे वल्लों जिहड़ी हैगी आ सेहत सहूलतां उन्हां नूं दुरुस्त करन वास्ते उपराले जारी ने। बहुत जल्दी तुहानूं इहदे विच जिहड़ा हैगा तुसीं खुद महसूस करोगे कि वाकई आ जिहड़ा सरकार बदल नाल जिहड़ा हैगा सिस्टम 'च सुधार। सारे सारे जिन्हें MLA साहब बैठे ने, जिन्हें डॉक्टर साहब कहणगे, जिवें कहणगे वह सारा कुछ करके देवे, क्योंकि मेरा छोटा भरा है, बेटा है मेरा। सो इहनूं कोई तोट नहीं आउण दित्ती जाऊ। किन्ने दिनां तक गल्लां तां होंदी करदांगे करदांगे कदों तक रह जाऊ? जदों चंडीगढ़ गया उदों ही डॉक्टर आ जाऊगा। जिहड़ा कोमा सेंटर दी उड़ीक करदा रहा पिछले 8 सालां तों लगातार, जिहड़े पिछली सरकार ने वी वड्डे वड्डे दावे कीते, कोई इस तरां दा प्रपोजल अंडर प्रपोजल है? असीं हवा 'च गल्लां नहीं करनियां, असीं जो भी कहांगे उह करके दिखावां। मौत हो जाणी जिहड़े ब्रेन दे विच जां मतलब सिर दे विच सट लगदी आ, पटियाले तक जांदे ने कई वारी मौत हो जाती है पेशेंट दी। इस लई ਇਹਦੇ ਵਾਸਤੇ ਨਿਊਰੋ ਦਾ ਜਿਹੜਾ ਡਾਕਟਰ ਹੋਣਾ ਬਹੁਤ ਜ਼ਰੂਰੀ ਹੈ। ਸੋ ਡਾਕਟਰ ਇੱਥੇ ਤਾਂ ਕੀ ਸਮਾਣੇ ਵੀ ਨਹੀਂ ਹੈ ਡਾਕਟਰ, ਪਰ ਅਸੀਂ ਇਸ 'ਤੇ ਲੱਗੇ ਹੋਏ ਹਾਂ। ਇੱਥੇ ਤੱਕ ਕਿ ਪਿਛਲੀਆਂ ਸਰਕਾਰਾਂ ਨੇ ਪਟਿਆਲੇ ਵੀ ਕੋਈ ਨਿਊਰੋ ਦਾ ਡਾਕਟਰ ਜਿਹੜਾ ਨਹੀਂ ਸੀਗਾ। ਸੋ ਅਸੀਂ ਜਲਦੀ ਨਿਊਰੋ ਦੇ ਜਿਹੜੇ ਡਾਕਟਰ ਨੇ ਉਹ ਅਸੀਂ ਪਟਿਆਲੇ ਵੀ ਲੈ ਕੇ ਆਵਾਂਗੇ, ਔਰ ਕੋਈ ਵੀ ਜਿਹੜਾ ਪੇਸ਼ੈਂਟ ਹੈ ਨਿਊਰੋ ਵਾਲਾ ਉੱਥੋਂ ਉਹਨੂੰ, ਕਿਉਂ ਜ਼ਿਆਦਾਤਰ ਜਿਹੜੇ ਐਕਸੀਡੈਂਟ ਹੁੰਦੇ ਨੇ ਉਹ 'ਚ ਨਿਊਰੋ ਦੇ ਡਾਕਟਰ ਦੀ ਜਿਹੜੀ ਲੋੜ ਪੈਂਦੀ ਆ, ਸੋ ਉਹ ਇਸ ਕਰਕੇ ਇੱਥੋਂ ਵੀ ਰੈਫਰ ਕਰਨ ਦੀ ਲੋੜ ਨਹੀਂ ਪਈ। ਲੇਕਿਨ ਜਿਹੜੇ ਤੁਸੀਂ ਬਣਾਉਣ ਜਾ ਰਹੇ ਹੋ ਜਾਂ ਜਿਨ੍ਹਾਂ ਦੇ ਵਿੱਚ ਤੁਹਾਡਾ ਕੰਮ ਚੱਲ ਰਿਹਾ? ਮੈਨੂੰ ਪ੍ਰੋਪਰ ਪੰਜਾਬ ਦਾ ਪਤਾ ਹੈ, ਪੰਜਾਬ 'ਚ ਅਸੀਂ 75 ਜਿਹੜੇ ਉਹ ਬਣਾਉਣ ਜਾ ਰਹੇ ਹਾਂ, ਜਿਹੜੇ ਮੁਹੱਲਾ ਕਲੀਨਿਕ ਆ। ਜੋ ਕੋਈ ਹਲਕਾ ਰਹਿ ਵੀ ਗਿਆ ਉਹਨੂੰ ਕਿਸੇ ਨੂੰ ਇਹ ਨਹੀਂ ਵੀ ਉਹਨੂੰ ਮੁੜ ਕੇ ਨਹੀਂ ਦੇਣਾ, ਦਮਾ ਸਭ ਨੂੰ ਦਵਾਂਗੇ। ਇਹ 75 ਸਾਡਾ ਪਾਇਲਟ ਪ੍ਰੋਜੈਕਟ ਹੈ ਵੀ ਇਹ 'ਚੋਂ ਅਸੀਂ ਲੈ ਕੇ ਵੀ ਕਿਵੇਂ ਕੀ ਅਸੀਂ ਕਰ ਸਕਦੇ ਹਾਂ, ਉਹ ਫਿਰ ਅੱਗੇ ਸਾਰੇ ਹਲਕਿਆਂ ਦੇ ਵਿੱਚ ਹੋਰ ਵਧੂ। ਘੱਟੋ ਘੱਟ ਜ਼ਿਆਦਾ ਨਹੀਂ ਤਾਂ 100 ਤੋਂ ਉੱਤੇ ਤਰ੍ਹਾਂ ਦੀਆਂ ਦਵਾਈਆਂ ਹੈਗੀਆਂ ਨੇ, ਬਾਕੀ ਦੀਆਂ ਵੀ ਦਵਾਈਆਂ ਨੇ ਜਿਹੜੀਆਂ। ਉਹਦੀ ਇੱਕ ਪ੍ਰਕਿਰਿਆ ਹੁੰਦੀ ਆ ਮੈਡੀਸਨ ਦੀ, ਉਹ ਪ੍ਰਕਿਰਿਆ ਵੀ ਜਲਦੀ ਪੂਰੀ ਕਰਕੇ ਜਿਹੜਾ ਮੇ ਬੀ ਨੈਕਸਟ ਮੰਥ ਸਰ ਕੰਪਲੀਟ ਸਰ ਇੱਕ ਨਾ ਪਹਿਲਾਂ ਕੰਪਲੀਟ ਸੁਣੋ, ਉਸ ਤੋਂ ਬਾਅਦ 'ਚ ਫਿਰ ਅਗਲੀ ਜਿਹੜੀ ਗੱਲ ਆ ਆਪਾਂ ਕਰਨ ਦਾ ਗੱਲ ਬਣਦੀ ਹੈ। 15 ਅਗਸਤ ਤੱਕ ਮੈਡੀਸਨ ਘੱਟੋ ਘੱਟ 245 ਤਰ੍ਹਾਂ ਦੀ ਮੈਡੀਸਨ ਹੈ ਜਿਹੜੀ ਹਰ ਇੱਕ ਹਸਪਤਾਲ ਦੇ ਵਿੱਚ ਉਹ ਪਹੁੰਚਦੀ ਹੈ ਜੀ। ਸਰ ਪੂਰੇ ਹਲਕੇ ਦੀ ਪ੍ਰੋਬਲਮ ਆ, ਮਤਲਬ ਇੱਥੇ ਕਿ ਗੈਨੀ ਡਾਕਟਰ ਆ ਡਾਕਟਰ ਦਲੀਪ ਕੌਰ, ਉਹਦਾ ਮਿਸਬਿਹੇਵ ਹਰੇਕ ਮਰੀਜ਼ ਨਾਲ ਔਰ ਜਾਤ ਪਾਤ ਫਰਕ ਨਹੀਂ, ਮੈਡੀਸਨ ਉਹ ਬੜਾ ਵੱਡਾ ਚਰਚਾ ਦਾ ਵਿਸ਼ਾ ਹੈ। ਇਹ ਸਰ ਤੁਸੀਂ ਜੇ ਆਪਣਾ ਲਿਖ ਕੇ ਦਿਓਗੇ ਤਾਂ ਹਾਂ, MLA ਸਾਹਿਬ ਦੇ ਧਿਆਨ ਵਿੱਚ ਹੋ ਜਾਊਗਾ। ਪਰ ਉਹ ਹੋ ਜਾਊਗਾ, ਪਿਛਲੇ ਕਾਫੀ ਸਮੇਂ ਤੋਂ ਲੋਕ ਜਿੱਥੇ ਪਰੇਸ਼ਾਨ ਨੇ, ਹਸਪਤਾਲ ਦਾ ਸਟਾਫ ਉਹਦੇ ਤੋਂ ਵੱਧ ਪਰੇਸ਼ਾਨ। ਕੋਈ ਗੱਲ ਨਹੀਂ ਸਰ, ਬਸ ਤੁਹਾਡੀ ਕੋਆਪਰੇਸ਼ਨ ਚਾਹੀਦੀ ਹੈ, ਬਾਕੀ ਸਾਰਾ ਕੁਝ ਹੋ ਜਾਊਗਾ। ਮੇਰਾ ਨਾਮ ਪੱਪੂ ਖਾਨ ਹੈ ਜੀ, ਪਿੰਡ ਘੱਗਾ। ਕਿਹੜਾ ਹਸਪਤਾਲ ਹੈ ਇਹ? ਹਸਪਤਾਲ ਪਾਤਣਾ ਵਾਲਾ ਜੀ, ਸਰਕਾਰੀ ਹਸਪਤਾਲ ਹੈ। ਇੱਥੇ ਕੋਈ CMO ਨਹੀਂ ਹੈਗਾ, ਕੋਈ ਇੱਥੇ ਦਵਾਈ ਨਹੀਂ ਮਿਲਦੀ। ਜੇ ਦਵਾਈ ਲੈਣੀ ਆ ਤਾਂ 28 ਦਿਨਾਂ ਬਾਅਦ ਪਟਿਆਲੇ ਲਖਿਆਣ ਜਾਣਾ ਪੈਂਦਾ ਸਾਨੂੰ, ਤਾਂ ਸਾਨੂੰ ਦਵਾਈ ਮਿਲਦੀ ਆ। ਨਹੀਂ ਉਰੇ ਕੋਈ ਡਾਕਟਰ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਜੀ। ਕਿੰਨਾ ਜਿਹੜਾ ਡਾਕਟਰ ਇੱਥੇ, ਕਿੰਨੇ ਵਜੇ ਡਾਕਟਰ ਮੌਜੂਦ ਨੇ, ਅਤੇ ਕੀ ਜਿਹੜਾ ਅੱਜ ਮੰਤਰੀ ਦਾ ਦੌਰਾ ਕੀਤਾ, ਕਿਵੇਂ ਲੱਗਿਆ ਵੀ? ਮੰਤਰੀ ਦਾ ਦੌਰਾ ਤਾਂ ਦੇਖੋ ਜੀ ਬਸ ਨਾਂ 'ਚ ਆ, ਠੀਕ ਆ। ਇਹ ਕੋਈ ਦੌਰਾ ਕੋਈ ਡਾਕਟਰ ਸਮਝਦੇ ਨਹੀਂ ਹੈਗੇ। ਜੇ ਉਰੇ ਕੋਈ ਡਾਕਟਰ ਦੀ ਵਸਤੋਂ ਹੋਵੇ ਤਾਂ ਉਰੇ CMO ਆਉਣਾ ਚਾਹੀਦਾ ਨਾ ਜੀ, ਨਾ ਡਾਕਟਰ ਨਰਸਾਂ ਨੇ, ਇੱਕ ਦੋ ਕੋਈ ਵੱਡੇ ਡਾਕਟਰ ਨਹੀਂ ਹੈਗੇ ਜੀ ਇੱਥੇ। ਕੋਈ ਇਲਾਜ ਕੋਈ ਆ ਜਾਏ ਐਮਰਜੈਂਸੀ ਨਾ ਜੀ, ਇਹਨਾਂ ਨੂੰ ਪਟਿਆਲੇ ਜਾਣਾ ਪੈਂਦਾ ਸਭ ਨੂੰ, ਉਰੇ ਕੋਈ ਹਾਂਜੀ ਹਾਂ ਉਰੇ ਕੋਈ ਚੱਕਰ ਨਹੀਂ ਹੈਗਾ। ਇੱਥੇ ਕੋਈ ਇਲਾਜ ਨਹੀਂ ਨਾ ਜੀ, ਨਾ ਕੋਈ ਇਲਾਜ ਨਹੀਂ ਹੈਗਾ ਉਰੇ। ਸਿਹਤ ਮੰਤਰੀ ਕਹਿੰਦਾ ਇਲਾਜ ਵਧੀਆ ਕਰਦਾ ਨਾ ਜੀ, ਨਾ ਕੋਈ ਇਲਾਜ ਨਹੀਂ ਹੈਗਾ ਕਹਿਣ ਦਾ। ਜਦੋਂ ਕੋਈ ਡਾਕਟਰ ਲਾਣਗੇ ਉਰੇ ਫਿਰ ਪਤਾ ਲੱਗੂਗਾ ਵੀ ਇਲਾਜ ਸਹੀ ਹੈ ਜਾਂ ਨਹੀਂ ਹੈਗਾ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਅਸੀਂ ਮੰਗ ਕਰਦੇ ਹਾਂ ਜੀ ਉਰੇ ਡਾਕਟਰ ਹੋਣਾ ਚਾਹੀਦਾ, CMO ਹੋਣਾ ਚਾਹੀਦਾ,
कोई दवाई नहीं मिलती जी, पता बाहर दी लिख देंदे ने दवाई, पटियाले चले जाओ उत्थे भी बाहर दी लिख देंदे ने, उरे आ जाओ उरे भी बाहर दी लिख देंदे ने, मरीज नूं कोई सहूलत नहीं हैगी अंदर। साडी मेन मंग इह है वी मंत्री साहब अज आए सीगे, सानूं पता लग्गिया सी, असीं मिले उहनां नूं नगर कौंसल दफ्तर ते उहनां ने साडा मंग पत्र जिहड़ा लै लिया। मंगा उहदे विच इही है वी 5 महीने साडे उपर, अज 23 दिन उपर हो गया, 5 महीने लगातार ते साडी जिहड़ा फिक्स चन्नी सरकार ने लाया सीगा फिक्स पेमेंट 2500 रुपया, उह पै नहीं रही सर, वादे ही है हजे तक साडा लगातार संघर्ष वधूगा ते असीं संघर्ष नूं होर भी तिखा करांगे, धरने ते असीं काम छड्डना पिया ते असीं काम भी छड्डा। साडे सुतराणे ब्लॉक दीआं 240 कुड़ी इत्थे सर, साडे इत्थे डॉक्टर नेगे जी डॉक्टर दलजीत ते गायनी डॉक्टर दे होण दे बावजूद साडे इत्थे डिलीवरियां नहीं हुंदियां, थोनू भी इस गल दा बिल्कुल पता ही आ, ते अज असीं सेहत मंत्री साहब नूं भी लिख के दित्ता वी सर सानूं जां ते डॉक्टर चेंज कीती जावे ते जां फिर सानूं डॉक्टर इन्हां नूं सुधारिया जावे। पता नहीं जी सानूं आशा वर्कर नूं जे केस लेके आशा वर्कर नूं तां अंदर बड़न नहीं दिंदे जी, ते इसे करके आशा वर्कर वगैरह पेशेंट नहीं आउंदे। ਕੀ ਮੰਗ ਕਰਦੇ ਹੋ? ਮੰਗ ਇਹੀ ਕਰਦੇ ਆ, ਸਿਹਤ ਮੰਤਰੀ ਸਾਹਿਬ ਨੂੰ ਅੱਜ ਲਿਖਤੀ ਚ ਵੀ ਦਿੱਤਾ ਕਿ ਸਰ ਸਾਡੀ ਜਲਦ ਤੋਂ ਜਲਦ ਇਹ ਮੰਗ ਪੂਰੀ ਕੀਤੀ ਜਾਵੇ, ਇੱਥੇ ਜਿਹੜਾ ਇਲਾਕੇ ਦਾ ਸ਼ਤਰਾਣੇ ਇਲਾਕੇ ਦੇ ਬਲਾਕ ਦਾ ਸੁਧਾਰ ਹੋ ਸਕੇ।